अच्छा जी, हुण मैं वापस जांदा पिया तो मैं सिर्फ वेखण आया सी काम किवें हुंदा पिया। आ वल्ला मैनूं चुकवा दित्तियां ने चिबड़ां दियां कि लै के जा काका तूं बकरियां नूं कत्त, क्योंकि बकरियां दी फेवरेट खुराक है। अच्छा जी, आना वेख लो कि रात दे हनेर नाल एक तूत डिग्गा पिया ਤਾਂ ਤੁਹਾਨੂੰ ਟਟੀਏ ਦੀ ਆਵਾਜ਼ ਸੁਣੀਂਦੀ ਪਈ ਹੋਣੀ ਹੈ, ਕਿਉਂਕਿ ਬੜੇ ਮਹੀਨਿਆਂ ਦੀ ਜ਼ਮੀਨ ਹੈ, ਵੇਲੀ ਪਈ ਹੈ ਸਾਰੀ, ਅਤੇ ਇੱਥੇ ਕਾਫੀਆਂ ਟਟੀਆਂ ਨੇ ਵਿੱਚ ਅੰਡੇ ਦਿੱਤੇ ਨੇ, ਤਾਂ ਵਾਸਤੇ ਉਹ ਵੇਖ ਲਓ ਇੱਥੇ ਕਿਸਾਨ ਟੱਪਾਂ ਨੇ ਦਿੰਦੀਆਂ। ਸਾਰੀ ਜ਼ਮੀਨ ਇਸੇ ਤਰ੍ਹਾਂ ਵੇਲੀ ਪਈ ਹੈ, ਕੋਈ ਨਹੀਂ ਇਹਨਾਂ 'ਤੇ ਤਵੱਜੋ ਦਿੱਤੀ ਜਾਂਦੀ। ਇਸੇ ਤਰ੍ਹਾਂ ਸਾਰਾ ਦਿਨ ਧੁੱਪ 'ਤੇ ਟਟੀਅਰ ਬੈਠੀ ਰਹਿੰਦੀ ਅੰਡਿਆਂ 'ਤੇ। ਇਹ ਆਪਣੀ ਚੁੰਝ ਥੋੜ੍ਹਾ ਥੋੜ੍ਹਾ ਪਾਣੀ ਲਿਆਉਂਦੀ ਅਤੇ ਅੰਡਿਆਂ ਦੇ ਉੱਤੇ ਛਿੜਕਦੀ ਰਹਿੰਦੀ ਹੈ, ਫਿਰ ਜਾ ਕੇ ਬੱਚੇ ਨਿਕਲਦੇ ਨੇ। ਕਈਆਂ ਦੇ ਤਾਂ ਅੰਡੇ ਕੁੱਤੇ ਖਾ ਜਾਂਦੇ ਨੇ ਅਤੇ ਗਿੱਦੜ ਕਾਂ ਬੱਚੇ ਮਾਰ ਦਿੰਦੇ ਨੇ ਇਹਨਾਂ ਦੇ। ਹੁਣ ਆ ਵੇਖ ਲਓ ਜੀ, ਜ਼ਮੀਨ ਦੇ ਹਾਲ ਵਹਿ ਪੈਣ ਅਤੇ ਪਿੱਛਾ ਸਾਰੀ ਬਿਲਕੁਲ ਖਾਲੀ ਪਈ ਹੈ। ਬੜੀਆਂ ਬਾਰੀਆਂ ਨੇ ਚਿਬੜਾਂ ਦੀਆਂ ਵੱਲੇ, ਮਸੇ ਲਈ ਜਾਂਦਾ ਵਾਂ। ਹੁਣ ਜਾ ਕੇ ਤੁਹਾਨੂੰ ਮੈਂ ਡੇਰੇ ਤੋਂ ਵਿਖਾਉਂਦਾ ਕਿ ਸਾਡੀ ਰਾਤ ਨੂੰ ਗਾਂ ਸੂਈ ਹੈ। ਮਾਸ਼ਾਅੱਲਾ ਬੜਾ ਪਿਆਰਾ ਵੱਛਾ ਦਿੱਤਾ ਇਹਨੇ, ਦੇਸੀ ਨਸਲ ਦਾ, ਤੁਹਾਨੂੰ ਉਹ ਵਿਖਾਉਂਦਾ ਵਾਂ। ਇੱਕ ਵਾਰੀ ਤਾਂ ਸਾਰੀਆਂ ਝਾੜੀਆਂ ਬਿਲਕੁਲ ਡਿੰਗੀਆਂ ਹੋ ਗਈਆਂ ਨੇ, ਬੜਾ ਰਾਤੀ ਤੂਫਾਨ ਆਇਆ ਸੀ। ਅੱਛਾ ਜੀ ਦੋਸਤੋ, ਮੈਂ ਡੇਰੇ ਕੋਲ ਪਹੁੰਚਿਆ ਖਲੋਤਾਂ ਅਤੇ ਤੁਹਾਨੂੰ ਹੁਣ ਮੈਂ ਖੁਆਉਂਦਾ ਵਾਂ ਆਪਣੀ ਗਾਂ ਜਿਹਨੇ ਵੱਛਾ ਦਿੱਤਾ ਹੈ। ਲਓ ਜੀ, ਮੈਂ ਪਹੁੰਚ ਗਿਆ ਡੇਰੇ 'ਤੇ ਅਤੇ ਹੁਣ ਪਹਿਲੇ ਚਿਬੜਾਂ ਦੀਆਂ ਵੱਲਾਂ ਖਾਤ ਲਵਾਂ ਬੱਕਰੀਆਂ ਨੂੰ, ਅਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਵਿਖਾਉਂਦਾ ਗਾਂ। ਆ ਵੇਖ ਲਓ ਜੀ, ਹੁਣ ਕਿਸ ਤਰ੍ਹਾਂ ਖਾਂਦੀਆਂ ਪਈਆਂ ਨੇ, ਇਹੀ ਇਹਨਾਂ ਦੀ ਫੇਵਰੇਟ ਖੁਰਾਕ ਹੈ। ਦੋ ਹਰੇ ਉੱਧਰ ਵੱਜਦੀਆਂ ਨੇ, ਫਿਰਦੀਆਂ ਚਿਰਦੀਆਂ ਵਧੀਆਂ ਨੇ, ਜੇ ਉਹਨਾਂ ਨੂੰ ਪਤਾ ਲੱਗਾ ਤਾਂ ਫਿਰ ਉਹਨੇ ਆ ਜਾਣਾ। ਅੱਛਾ ਜੀ, ਆ ਵੇਖੋ ਆ ਗਾਂ ਸੂਈ ਹੈ, ਅਤੇ ਆ ਵੇਖੋ ਮਾਸ਼ਾਅੱਲਾ ਛੋਟਾ ਜਿਹਾ ਬੱਚਾ ਹੈ। ਇਹ ਦੇਸੀ ਨਸਲ ਦਾ, ਪਿਓਰ ਦੇਸੀ। ਹੁਣ ਇਹਨੂੰ ਭੁੱਖ ਲੱਗੀ ਖਲੋਤੀ ਅਤੇ ਤਾਂ ਖਲੋਤਾ, ਬਸ ਇਹਦਾ ਟਾਈਮ ਹੋਇਆ ਖਲਾ ਇਹਨੇ ਦੁੱਧ ਪਿਆਉਣਾ। ਆ ਵੇਖ ਲਓ ਜੀ, ਇਹਦੇ ਬੱਚੇ ਕੋਲ ਆਇਆ ਤਾਂ ਕਿਸ ਤਰ੍ਹਾਂ ਉਹ ਮਨ ਮਾਰਨ ਆਈਏ, ਬੜਾ ਪਿਆਰਾ ਬੱਚਾ ਇਹਨੂੰ, ਉਹ ਪੱਠੇ ਛਾੜ ਕੇ ਮੈਨੂੰ ਮਾਰਨ ਆਈਏ। ਆ ਵੇਖੋ ਇੱਕ ਉਹ ਸ਼ੇਰ ਆਇਆ, ਮੈਂ ਇਹਦੇ ਕੋਲ ਖਲੋਤਾ ਤਾਂ ਵੇਖ ਲਓ ਇਹਨੇ ਪੱਠੇ ਛਾੜ ਦਿੱਤੇ ਨੇ, ਇਹਨੂੰ ਪੱਠੇ ਖਾਣ ਦੇਈਏ, ਚੱਲੀਏ ਦੂਰ ਥੋੜ੍ਹਾ।
उड़ उड़ के आँदी पई है मारन वास्ते। बुलंदा